ਅੱਜ ਬਹੁਤ ਵੱਡਾ ਦਿਨ ਹੈ ਜੀ, ਟੀਚਰ ਡੇ ਅੱਜ ਅਧਿਆਪਕ ਦਿਵਸ ਆ, ਅਤੇ ਸਰਕਾਰੀ ਕੰਨਿਆ ਸਕੂਲ ਭਾਈ ਕਾਨ ਸਿੰਘ ਨਾਭਾ ਦੇ ਵਿੱਚ ਅੱਜ ਤਕਰੀਬਨ 92 ਅਧਿਆਪਕ ਅਤੇ ਸਟਾਫ ਜਿਹੜਾ ਉਹਦਾ ਸਨਮਾਨ ਕੀਤਾ, ਜਿਹਨਾਂ ਨੂੰ ਜਿਹੜੇ ਨੇ ਸਰਟੀਫਿਕੇਟ ਦਿੱਤੇ ਨੇ ਸਨਮਾਨ ਦੇ ਤੌਰ 'ਤੇ, ਅਤੇ ਬੱਚਿਆਂ ਨਾਲ ਰੂਬਰੂ ਹੋਏ ਹਾਂ ਜੀ। ਅਤੇ ਬਹੁਤ ਵੱਡਾ ਦਿਨ ਆ, ਡਾਕਟਰ ਰਾਧਾ ਕ੍ਰਿਸ਼ਨ ਜੀ ਜਿਹੜੇ ਕਿ ਪੂਰੇ ਦੇਸ਼ ਲਈ ਮਾਰਗਦਰਸ਼ਨ ਰਹੇ ਆ, ਸਿੱਖਿਆ ਨਾਲ ਜੁੜ ਕੇ ਉਹਨਾਂ ਨੂੰ ਦੇਖਿਆ ਜਾਂਦਾ, ਉਹਨਾਂ ਦਾ ਵੀ ਅੱਜ ਜਨਮ ਦਿਹਾੜਾ ਵਾ, ਉਹਨਾਂ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਬੱਚਿਆਂ ਦੇ ਵਿੱਚ ਜਿਹੜਾ ਜੀ ਗੁਰੂ ਅਤੇ ਸ਼ਿਸ਼ ਦਾ ਰਿਸ਼ਤਾ ਜਿਹੜਾ ਬੜਾ ਅਨਮੋਲ ਹੈ, ਕਿਉਂਕਿ ਬੱਚਿਆਂ ਦਾ ਭਵਿੱਖ ਜਿਹੜਾ ਸਾਰਾ ਉਹ ਟੀਚਰ ਜਿਹੜਾ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਯੂਨੀਵਰਸਿਟੀ ਵਿੱਚ ਐਜੂਕੇਸ਼ਨ ਦਿੰਦਾ ਜੀ, ਤਾਂ ਉਹਦਾ ਰੋਲ ਬੜਾ ਅਹਿਮੀਅਤ ਹੈ। ਬੱਚਿਆਂ ਨੂੰ ਕਿਹਾ ਕਿ ਸਵੇਰੇ ਉੱਠ ਕੇ ਮਾਂ ਬਾਪ ਦੇ ਪੈਰੀਂ ਹੱਥ ਲਾਓ, ਮਾਂ ਬਾਪ ਦਾ ਸਤਿਕਾਰ ਕਰੋ, ਉਸ ਤੋਂ ਬਾਅਦ ਗੁਰੂ ਜਿਹੜਾ ਤੁਹਾਡਾ ਟੀਚਰ ਜਿਹੜਾ ਉਹਦਾ ਪੂਰਾ ਸਤਿਕਾਰ ਕਰੋ, ਕਿਉਂਕਿ ਤੁਹਾਡੇ ਸੁਪਨਿਆਂ ਨੂੰ ਅਗਰ ਕੋਈ ਸਾਕਾਰ ਕਰ ਸਕਦਾ, ਅਗਰ ਤੁਹਾਡੇ ਸੁਪਨਿਆਂ ਨੂੰ ਸੱਚ ਕੋਈ ਕਰਕੇ ਦਿਖਾ ਸਕਦਾ, ਤਾਂ ਉਹ ਟੀਚਰ ਹੈ ਜੀ, ਇੱਕ ਗੁਰੂ ਹੈ, ਇੱਕ ਅਧਿਆਪਕ ਹੈ। ਸੋ ਅੱਜ ਅਧਿਆਪਕ ਦਿਵਸ ਸਾਰੇ ਟੀਚਰ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਬਾਦ, ਸਾਰੇ ਅਧਿਆਪਕਾਂ ਨੂੰ, ਪੰਜਾਬ, ਭਾਰਤ, ਦੁਨੀਆ ਭਰ ਦੇ ਵਿੱਚ ਜਿੱਥੇ ਵੀ ਟੀਚਰ ਇਸ ਕਿੱਤੇ ਨਾਲ ਜੁੜੇ ਹੋਏ ਨੇ ਸਾਰੇ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਤੁਸੀਂ ਕੋਈ ਬਚਪਨ ਦੀ ਗੱਲ ਜੋ ਟੀਚਰ ਅਤੇ ਸਟੂਡੈਂਟ ਦੇ ਵਿੱਚ ਕੋਈ ਸ਼ੇਅਰ ਕਰਨਾ? ਹਾਂ ਬਿਲਕੁਲ ਜੀ, ਮੈਂ ਤਾਂ ਅੱਜ ਵੀ ਡਿਸਕਸ ਕੀਤੀ ਹੈ, ਸਾਡੇ ਇੱਕ ਹਿੰਦੀ ਦੇ ਟੀਚਰ ਸੀਗੇ ਜੀ, ਅਤੇ ਉਹਨਾਂ ਦਾ ਨਾਂ ਸੀ ਯਗਦੱਤ, ਅਤੇ ਉਹ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਉਹ ਨਵੇਂ ਕੱਪੜਿਆਂ 'ਚ ਸੋਹਣਾ ਲੱਗਦਾ, ਪੁਰਾਣੇ ਕੱਪੜਿਆਂ 'ਚ ਵੀ ਬੰਦਾ ਸੋਹਣਾ ਲੱਗ ਸਕਦਾ, ਜੇ ਆਪਾਂ ਉਹਨਾਂ ਨੂੰ ਪ੍ਰੋਪਰ ਧੋ ਕੇ ਔਰ ਪ੍ਰੈਸ ਕਰਕੇ ਪਾਈਏ ਤਾਂ ਉਹਦੇ ਵਿੱਚ ਵੀ ਬੰਦਾ ਜਿਹੜਾ ਚੰਗਾ ਲੱਗਦਾ। ਯਾਨੀ ਕਹਿਣ ਦਾ ਭਾਵ ਹੈ ਕਿ ਜ਼ਿੰਦਗੀ ਜਿਹੜੀ ਆ, ਜ਼ਿੰਦਗੀ ਦੇ ਵਿੱਚ ਆਪਾਂ ਜੋ ਸਾਨੂੰ ਮਿਲ ਰਿਹਾ ਸੀ ਉਹ ਤੋਂ ਸੰਤੁਸ਼ਟ ਹੋ ਕੇ ਉਹਨੂੰ ਮੈਨੇਜ ਕਰਕੇ ਚੱਲੀਏ ਤਾਂ ਜ਼ਿੰਦਗੀ ਖੂਬਸੂਰਤ ਬਣ ਸਕਦੀ ਹੈ। ਸੋ ਇਹੋ ਜਿਹੀਆਂ ਯਾਦਾਂ ਬਹੁਤ ਨੇ, ਔਰ ਕਾਲਜ ਟਾਈਮ ਦੀਆਂ ਯਾਦਾਂ ਬਹੁਤ ਨੇ। ਸਾਡੇ ਮੇਰੇ ਗੁਰੂ ਹਰਪਾਲ ਟਿਵਾਣਾ ਸਾਹਿਬ ਜਿਨ੍ਹਾਂ ਤੋਂ ਮੈਂ ਥੀਏਟਰ ਸਿੱਖਿਆ, ਉਹਨਾਂ ਦੀਆਂ ਇੱਕ ਇੱਕ ਗੱਲ ਯਾਦ ਆ, ਸਟੇਜ 'ਤੇ ਕਿਵੇਂ ਖੜ੍ਹਨਾ, ਬੋਲਣਾ ਕਿਵੇਂ ਆ, ਤੁਹਾਡੀ ਬੋਡੀ ਲੈਂਗੁਏਜ ਕੀ ਆ, ਤੁਸੀਂ ਐਕਸ਼ਨ ਰਿਐਕਸ਼ਨ ਕੀ ਹੈ, ਤੁਹਾਡਾ ਜਿਹੜਾ ਜਿਹੜੀ ਪ੍ਰੋਨਾਉਂਸੀਏਸ਼ਨ ਆ ਲਫ਼ਜ਼ਾਂ ਦੀ, ਉਹ ਤੁਸੀਂ ਕਿਵੇਂ ਡਿਲੀਵਰ ਕਰਨੀ ਹੈ, ਬੜਾ ਕੁਛ ਸਿਖਾਇਆ ਉਹਨਾਂ ਨੇ ਜ਼ਿੰਦਗੀ ਦੇ ਵਿੱਚ। ਸੋ ਗੁਰੂ ਜਿਹੜਾ ਹੁੰਦਾ, ਟੀਚਰ ਜਿਹੜਾ ਹੁੰਦਾ, ਹਮੇਸ਼ਾ ਹੀ ਸਨਮਾਨਯੋਗ ਆ, ਔਰ ਜ਼ਿੰਦਗੀ ਦੇ ਵਿੱਚ ਬੰਦਾ ਕੁਛ ਵੀ ਬਣ ਜਾਵੇ, ਕਿਸੇ ਵੀ ਅਹੁਦੇ 'ਤੇ ਪਹੁੰਚ ਜਾਵੇ, ਪਰ ਉਹਨਾਂ ਦੇ ਟੀਚਰਾਂ ਦਾ ਯੋਗਦਾਨ ਜਿਹੜਾ ਪਾਇਆ ਉਹ ਜ਼ਿੰਦਗੀ ਦੇ ਵਿੱਚ, ਉਹਦੀ ਕੋਈ ਕੀਮਤ ਨਹੀਂ ਹੁੰਦੀ, ਉਹ ਹਮੇਸ਼ਾ ਹੀ ਦਿਲ ਦੇ ਵਿੱਚ, ਆਪਣੇ ਜ਼ਿਹਨ ਦੇ ਵਿੱਚ ਰਹਿੰਦਾ। ਦੇਖੋ ਕੈਨੇਡਾ ਇੱਕ ਵੱਖਰਾ ਮੁਲਕ ਹੈ ਜੀ, ਉਹਨਾਂ ਦੀ ਆਪਣੀ ਇੱਕ ਆਪਣਾ ਪੋਲੀਟੀਕਲ ਸਿਸਟਮ ਹੈ। ਜਸਟਿਨ ਟਰੂਡੋ ਪਿਛਲੇ 2015 ਤੋਂ ਲਗਾਤਾਰ ਤੀਸਰੀ ਵਾਰ ਪ੍ਰਾਈਮ ਮਿਨਿਸਟਰ ਨੇ, ਔਰ NDP ਜਿਹੜੇ ਜਗਮੀਤ ਸਿੰਘ ਉਹਨਾਂ ਦੇ ਨਾਲ ਅਲਾਇੰਸ ਦੇ ਵਿੱਚ ਕਰ ਰਹੇ ਸੀਗੇ, ਸਮਰਥਨ ਵਾਪਸ ਲੈ ਲਿਆ। ਬਿਲਕੁਲ, ਜੇ ਸਰਕਾਰ ਨਵੇਂ ਇਲੈਕਸ਼ਨ ਵਾਲੇ ਪਾਸੇ ਜਾਂਦੀ ਹੈ ਤਾਂ ਫਿਰ ਕੈਨੇਡਾ ਦੇ ਲੋਕ ਜਿਹੜੇ ਹੈ, ਕਿਉਂਕਿ ਕੈਨੇਡਾ ਇੱਕ 120 ਮੁਲਕਾਂ ਦੇ ਇਮੀਗ੍ਰੈਂਟ ਲੋਕਾਂ ਦਾ ਬਣਾਇਆ ਇੱਕ ਮੁਲਕ ਹੈ, ਬਾਹਰੋਂ ਆਏ ਲੋਕ ਜਿਹੜੇ ਆ ਮਿਹਨਤ ਕਰਦੇ ਆ, ਆਪਣੇ ਕਾਰੋਬਾਰ ਅਸਟੈਬਲਿਸ਼ ਕਰਦੇ ਆ, ਸਰਕਾਰ ਨੂੰ ਟੈਕਸ ਪੇ ਕਰਦੇ ਆ, ਘਰ ਖਰੀਦਦੇ ਆ, ਮਾਰਕੀਟ ਦੇ ਵਿੱਚ ਸ਼ਾਪਿੰਗ ਕਰਦੇ ਆ, ਔਰ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਬਹੁਤ ਵੱਡੀ ਦੇਣ ਹੈ ਜੀ NRI ਦੀ, ਖਾਸ ਕਰਕੇ ਪੰਜਾਬੀ ਭਰਾਵਾਂ ਦੀ। ਅਤੇ ਉਹ ਡਿਪੈਂਡ ਕਰਦਾ ਹੁਣ ਜਿਹੜੇ ਲੋਕ ਨੇ ਉੱਥੋਂ ਦੇ ਕਿ ਉਹ ਕਿਵੇਂ ਚਾਹੁੰਦੇ ਆ, ਪਿਛਲੇ 10 ਸਾਲ ਦਾ ਕਾਰਜਕਾਲ ਕਿਵੇਂ ਦਾ ਰਿਹਾ, ਅੱਗੇ ਕਿਵੇਂ ਕਰਨਾ, ਅਤੇ ਇਹ ਉਹਨਾਂ ਦੇ ਉੱਪਰ ਡਿਪੈਂਡ ਆ। ਪਰ ਕੈਨੇਡਾ ਬਹੁਤ ਖੂਬਸੂਰਤ, ਬੜਾ ਸ਼ਾਂਤ ਮੁਲਕ ਹੈ ਜੀ, ਔਰ ਤਕਰੀਬਨ 3.5-4 ਕਰੋੜ ਆਬਾਦੀ ਹੈ ਪੂਰੇ ਕੈਨੇਡਾ ਦੀ, ਅਤੇ ਇਹਨੂੰ ਮੈਨੇਜ ਕਰਕੇ ਕਿਵੇਂ ਚੱਲਣਾ, ਲੋਕ ਬਹੁਤ ਸਮਝਦਾਰ ਨੇ, ਆਪਣੇ ਵਾਂਗੂ ਗਲੀਆਂ ਨਾਲੀਆਂ ਦੀ ਰਾਜਨੀਤੀ ਉੱਥੇ ਨਹੀਂ ਕਰਦੇ, ਆਪਣੇ ਵਾਂਗ ਨੂੰ ਕਹਿੰਦੇ ਕਿ ਧਰਮਸ਼ਾਲਾ ਲਈ ਪੈਸੇ ਜਾਂ ਉਹ ਪੋਲੀਟਿਕਸ ਉੱਥੇ ਨਹੀਂ ਹੁੰਦੀ, ਉੱਥੇ ਗੱਲ ਹੁੰਦੀ ਹੈ ਇਕਾਨਮੀ ਦੀ, ਉੱਥੇ ਗੱਲ ਹੁੰਦੀ ਹੈ ਜੀ ਐਜੂਕੇਸ਼ਨ ਦੀ, ਗੱਲ ਹੁੰਦੀ ਹੈ ਹੈਲਥ ਦੀ, ਅਤੇ ਉਹਦੇ ਵਿੱਚ ਕੁਆਲਿਟੀ ਜੇ ਪਹਿਲਾਂ ਹੈ ਤਾਂ ਉਹਦੇ ਵਿੱਚ ਹੋਰ ਕੁਆਲਿਟੀ ਵਾਸਤੇ ਕੀ ਕਰਨਾ ਚਾਹੀਦਾ, ਜੇ GDP ਨੂੰ ਹੋਰ ਸਟਰੋਂਗ ਕਰਨਾ ਤਾਂ ਉਹਦੇ ਲਈ ਕੀ ਕੰਮ ਕਰਨਾ ਚਾਹੀਦਾ। ਜੇ ਕੈਨੇਡਾ ਜਿੱਥੇ ਮੈਂ ਰਿਹਾ 13-14 ਸਾਲ ਅਲਬਰਟਾ, ਜਿਹੜੀ ਜਿੱਥੇ ਤੇਲ ਹੈ ਜੀ, ਉਹਦੀ ਇਕੋਨਮੀ ਬਹੁਤ ਇੰਪੋਰਟੈਂਟ ਹੈ ਜੀ ਪੂਰੇ ਕੈਨੇਡਾ ਵਾਸਤੇ, ਔਰ ਅਨਇੰਪਲਾਈਮੈਂਟ ਬੇਰੁਜ਼ਗਾਰੀ ਜਿਹੜੀ ਹੈ ਬਹੁਤ ਘੱਟ ਹੈ, ਰੁਜ਼ਗਾਰ ਬਹੁਤ ਵੱਡਾ ਇੱਕ ਮੁੱਦਾ ਹੈ ਜੀ ਕੈਨੇਡਾ ਦੇ ਵਿੱਚ, ਰਹਿਣ ਸਹਿਣ ਵਾਸਤੇ ਕੈਨੇਡਾ 'ਚ ਰਹਿਣ ਵਾਸਤੇ ਲੋਕਾਂ ਲਈ ਘਰ ਜਿਹੜੇ ਆ
ਉਹਦੀ ਬਹੁਤ ਵੱਡੀ ਕਮੀ ਪਾਈ ਜਾ ਰਹੀ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰ ਜਿਹੜੀ ਹੈ ਉਹਨੂੰ ਟੇਕ ਕੇਅਰ ਕਰ ਰਹੀ ਹੈ, ਔਰ ਜੋ ਵੀ ਅੱਛਾ ਕਰੇਗਾ ਔਰ ਜੋ ਵੀ ਅੱਛੀ ਉਮੀਦ ਲੈ ਕੇ ਆਏਗਾ ਮੇਰੇ ਖਿਆਲ ਦੁਬਾਰਾ ਉਹਨੂੰ ਮੌਕਾ ਮਿਲੇਗਾ। ਜਿਹੜੇ ਫਰਮਾਨ ਕੀਤੇ ਸਰਕਾਰ ਨੇ ਪੰਜਾਬੀਆਂ ਲਈ ਇਸ ਕਿਸਮ ਦਾ ਬੜਾ ਕੁਛ ਦੇਖਣ ਨੂੰ ਮਿਲਿਆ, ਮੈਂ ਤਾਂ ਹੁਣੇ ਵਿਜ਼ਿਟ ਕਰਕੇ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਨੋਟ ਕਰਦੀ ਹੈ ਜੀ। ਸਰਕਾਰ ਨੇ ਬੜੀ ਸਖਤੀ ਵਰਤੀ ਹੈ ਹੁਣ ਕਿ ਸਟੂਡੈਂਟ ਵੀਜ਼ਾ ਜਿਹੜਾ ਸੀਗਾ ਉਹਦੇ 'ਤੇ ਕੰਟਰੋਲ ਕਰ ਦਿੱਤਾ, ਜਿਹੜੇ ਉੱਥੇ ਰਹਿ ਰਹੇ ਨੇ ਉਹਨਾਂ ਦੀ PR ਦਾ ਕੀ ਸਿਸਟਮ ਹੈ ਸਾਰਾ, ਮਤਲਬ ਇੱਕ ਸਵਾਲੀਆ ਜਿਹਾ ਨਿਸ਼ਾਨ ਖੜਾ ਹੋ ਗਿਆ। ਔਰ ਜਿਸ ਵੀ ਅਸੀਂ ਮੁਲਕ ਦੇ ਵਿੱਚ ਜਾਈਏ ਉਸ ਮੁਲਕ ਦਾ ਮਾਣ ਸਤਿਕਾਰ ਕਰੋ, ਤੁਸੀਂ ਉੱਥੋਂ ਦਾ ਲਾਅ ਐਂਡ ਆਰਡਰ, ਉੱਥੋਂ ਦੀ ਜਿਹੜੀ ਕਾਨੂੰਨ ਵਿਵਸਥਾ ਉਹਨੂੰ ਤੁਸੀਂ ਫੋਲੋ ਕਰੋ, ਉੱਥੇ ਦੇ ਨਿਯਮ ਫੋਲੋ ਕਰੋ ਤੁਸੀਂ, ਕਿਉਂਕਿ ਉਹ ਮੁਲਕ ਇੱਕ ਵੱਖਰਾ ਹੈ ਔਰ ਇੰਨਾ ਪੀਸਫੁਲ ਮੁਲਕ ਹੈ ਦੁਨੀਆ ਦਾ, ਉਹਨੂੰ ਬਣਾ ਕੇ ਉਹਨੂੰ ਮੇਨਟੇਨ ਕਰਕੇ ਰੱਖਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਔਰ ਸਰਕਾਰ ਇਹਦੇ ਲਈ ਵਚਨਬੱਧ ਹੈ ਵੀ ਅੱਗੇ ਵੀ, ਬਾਕੀ ਲੋਕਤੰਤਰ 'ਚ ਲੋਕ ਵੱਡੇ ਆ, ਲੋਕਾਂ ਨੇ ਫੈਸਲਾ ਕਰਨਾ ਕਿ ਅੱਗੇ ਹੁਣ ਕੀ ਸਿਨੈਰੀਓ ਬਣਦਾ, ਇਲੈਕਸ਼ਨ ਹੁੰਦੀ ਹੈ ਕਦੋਂ ਹੁੰਦੀ ਹੈ ਕਿਵੇਂ ਹੁੰਦੀ ਹੈ, ਲੋਕਾਂ ਦੇ ਲੋਕਾਂ ਨੇ ਸੋਚਣਾ। ਖੰਨਾ ਵਿੱਚ ਜਿਹੜਾ ED ਨੇ ਰੇਡ ਕੀਤੀ ਆ ਰਾਜਦੀਪ ਸਿੰਘ ਨਾਗਰਾ ਨੇ ਕਾਂਗਰਸੀ ਆਗੂ ਟੈਂਡਰ ਘੁਟਾਲੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਦੇਖੋ ਪੁਰਾਣੀ ਸਰਕਾਰਾਂ ਦੇ ਵਿੱਚ ਇਹ ਬਹੁਤ ਵੱਡੀ ਤ੍ਰਾਸਦੀ ਰਹੀ ਹੈ ਜੀ। ਕੱਲ੍ਹ ਵੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਗੱਲ ਚੱਲੀ ਸੀਗੀ ਵੀ ਜਿਹੜੇ ਪੰਜਾਬ ਦੇ ਵਿੱਚ ਅਨਔਥੋਰਾਈਜ਼ ਕਲੋਨੀਆਂ ਨੇ ਜਿਹੜੀਆਂ, ਹੁਣ ਮੁੱਖ ਮੰਤਰੀ ਸਾਹਿਬ ਨੇ NOC ਹਟਾ ਦਿੱਤੀ ਹੈ 500 ਗਜ ਪਲਾਟ ਤੋਂ ਥੱਲੇ ਥੱਲੇ ਸਾਰੀ NOC ਖਤਮ ਕਰਤੀ ਹੈ। ਉਹਦੇ ਵਿੱਚ ਤਕਰੀਬਨ ਤੁਸੀਂ ਰਿਕਾਰਡ ਕਢਾ ਕੇ ਦੇਖੋ ਜੀ, ਜਿਹੜੇ ਕਲੋਨੀਆਂ ਦੇ ਮਾਲਕ ਨੇ ਜੀ ਉਹ ਕੌਣ ਨੇ ਜੀ, ਕਾਂਗਰਸੀ ਉਹ ਕੌਣ ਨੇ ਜੀ, ਅਕਾਲੀ ਕੌਣ ਨੇ, BJP ਵਾਲੇ, ਉਹ ਸਾਰੇ ਰਲ ਮਿਲ ਕੇ ਕਲੋਨੀਆਂ ਅਨਔਥੋਰਾਈਜ਼ ਕਲੋਨੀਆਂ ਲੋਕਾਂ ਨੂੰ ਭਰਮਾ ਕੇ ਮਹਿੰਗੇ ਭਾਅ ਵੇਚ ਕੇ ਲੋਕਾਂ ਨੂੰ ਠੱਗਦੇ ਰਹੇ ਆ ਜੀ। ਜਿਹੜਾ ਬੰਦਾ ਇੱਕ ਟੀਚਰ ਰਿਟਾਇਰ ਹੋਇਆ ਆਪਣੀ ਸਾਰੀ ਉਮਰ ਦੀ ਪੂੰਜੀ ਉਹਨੇ ਆਪਣੇ ਮਕਾਨ 'ਤੇ ਲਾ ਦਿੱਤੀ, ਜੇ ਉਹਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਇੱਥੇ ਸੜਕ ਨਹੀਂ ਬਣਨੀ, ਸੀਵਰੇਜ ਨਹੀਂ ਪੈਣਾ, ਇੱਥੇ ਪ੍ਰੋਪਰ ਕੋਈ ਖੇਡ ਗਰਾਊਂਡ ਹੈ ਨਹੀਂ, ਕੋਈ ਪਾਰਕ ਹੈ ਨਹੀਂ, ਤਾਂ ਫਿਰ ਉਹ ਕਿਉਂ ਲੈਂਦਾ ਜੀ। ਸੋ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ, ਔਰ ਜਿਹੜਾ ਤੁਸੀਂ ਦੱਸਿਆ ਕਿ ED ਦੀ ਹੋ ਰਹੀ ਹੈ ਭਾਰਤ ਭੂਸ਼ਣ ਆਸ਼ੂ ਦੇ ਨਾਲ ਕੋਈ ਸੰਬੰਧ ਹੈ, ਤਾਂ ਇਹਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਔਰ ਜਿਹੜਾ ਵੀ ਕੋਈ ਲੋਕਾਂ ਦੇ ਟੈਕਸ ਦਾ ਪੈਸਾ ਖਾਂਦਾ ਜੀ ਉਹ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਕਿਸ ਤਰ੍ਹਾਂ ਦੇਖਦੇ ਪਰਮਾਤਮਾ ਕਿਰਪਾ ਕਰੇ ਅਰਵਿੰਦ ਕੇਜਰੀਵਾਲ ਸਾਹਿਬ ਜ਼ਮਾਨਤ 'ਤੇ ਵਾਪਸ ਆਉਣ, ਮੈਨੂੰ ਭਰੋਸਾ ਪੂਰਾ ਜੀ ਸਾਡੇ ਜੁਡੀਸ਼ਲ ਸਿਸਟਮ ਦੇ ਉੱਪਰ, ਸਾਡੀ ਕੋਰਟ ਦੇ ਉੱਪਰ ਪੂਰਾ ਸਤਿਕਾਰਯੋਗ ਸਾਡੀ ਰਿਸਪੈਕਟਡ ਜਿਹੜੇ ਜੱਜ ਸਾਹਿਬਾਨ ਨੇ, ਸਭ 'ਤੇ ਭਰੋਸਾ ਕਿ ਸੱਚ ਜਿਹੜਾ ਪ੍ਰਤੱਖ ਰੂਪ ਸਾਹਮਣੇ ਆਏਗਾ ਔਰ ਅਰਵਿੰਦ ਕੇਜਰੀਵਾਲ ਜੀ ਜ਼ਮਾਨਤ 'ਤੇ ਬਾਹਰ ਹੋਣਗੇ। ਦਿੱਲੀ ਚੋਣ ਕਿਵੇਂ ਦੇਖਦੇ ਹੋ, ਅਕਾਲੀ ਦਲ ਅਤੇ ਕਾਂਗਰਸ ਨੇ ਕਮਰ ਕੱਸ ਲਈ ਆ? ਜ਼ਿਮਨੀ ਚੋਣ ਤਾਂ ਜੀ 4 ਜ਼ਿਮਨੀ ਚੋਣ ਪੈਂਡਿੰਗ ਨੇ, ਔਰ ਚੋਣ ਤਾਂ ਸਰਪੰਚੀ ਦੀ ਵੀ ਹਜੇ ਪੈਂਡਿੰਗ ਹੈ, ਅਤੇ ਪਰਮਾਤਮਾ ਕਿਰਪਾ ਕਰੇ ਆਮ ਆਦਮੀ ਪਾਰਟੀ 4 ਦੀਆਂ 4 ਜ਼ਿਮਨੀ ਚੋਣਾਂ ਜਿਹੜੀਆਂ ਨੇ ਉਹ ਵੱਡੇ ਫਰਕ ਨਾਲ ਜਿੱਤੇ। ਵਿਧਾਨ ਸਭਾ ਚੋਣਾਂ 'ਚ ਜਿਹੜਾ ਹੈਗਾ ਹਰਿਆਣਾ 'ਚ BJP ਨੇ ਐਲਾਨ ਕਰਤਾ ਉਮੀਦਵਾਰਾਂ ਦਾ, ਕਿਸ ਤਰ੍ਹਾਂ ਦੇਖਦੇ ਹੋ ਆਪ ਤੇ ਕਾਂਗਰਸ ਦੇ ਅਲਾਇੰਸ? ਦੇਖੋ ਇਹ ਹਾਈ ਕਮਾਂਡ ਦਾ ਫੈਸਲਾ ਜੀ, ਗੱਲਬਾਤ ਚੱਲ ਰਹੀ ਹੈ, 1-2 ਦਿਨਾਂ ਦੇ ਵਿੱਚ ਕੀ ਮੈਚੋਰਿਟੀ ਹੋ ਕੇ ਬਾਹਰ ਗੱਲ ਆਉਂਦੀ ਹੈ ਉਹ ਹਾਈ ਕਮਾਂਡ ਦੇ ਉੱਪਰ ਡਿਪੈਂਡ ਕਰਦਾ ਕਿ ਕੀ ਸਮੀਕਰਨ ਜਿਹੜੇ ਹਰਿਆਣਾ ਦੇ ਵਿੱਚ ਬਣਦੇ। ਉਹ ਤਾਂ ਕਹਿਣਾ ਹੀ ਹੁੰਦਾ ਜੀ, ਹਰੇਕ ਨੇ ਕਹਿਣਾ ਹੀ ਹੁੰਦਾ, ਕੋਈ ਬੰਦਾ ਇਹ ਥੋੜ੍ਹਾ ਕਹਿੰਦਾ ਮੈਂ ਹਾਰਨ ਲਈ ਇਲੈਕਸ਼ਨ ਲੜ ਰਿਹਾ ਜੀ, ਪਰ 10 ਸਾਲ ਪਿਛਲੇ 10 ਸਾਲਾਂ ਤੋਂ BJP ਹੈ, ਕਾਂਗਰਸ ਵੀ ਪਹਿਲਾਂ ਰਹੀ ਹੈ, ਆਮ ਆਦਮੀ ਪਾਰਟੀ ਇੱਕ ਨਵਾਂ ਉੱਭਰ ਜਿਹੜਾ ਜੀ ਹਰਿਆਣਾ ਦੇ ਵਿੱਚ ਹੋਇਆ, ਇੱਕ ਨਵੀਂ ਸੋਚ ਲੋਕ ਬਹੁਤ ਪਸੰਦ ਕਰ ਰਹੇ ਆ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਜਾ ਰਹੇ ਆ, ਮਨੀਸ਼ ਸਿਸੋਦੀਆ ਜੀ ਵੀ ਆ ਰਹੇ ਆ, ਸੰਜੇ ਸਿੰਘ ਜੀ ਵੀ ਆ ਰਹੇ ਆ, ਡਾਕਟਰ ਸੰਦੀਪ ਪਾਠਕ ਜੀ ਵੀ ਆ ਰਹੇ ਆ, ਸਾਡੇ MLA ਸਾਹਿਬਾਨ ਮਿਨਿਸਟਰ ਵੀ ਬਹੁਤ ਸਾਰੇ, ਮੇਰੀ ਵੀ ਡਿਊਟੀ ਲੱਗੀ ਹੋਈ ਹੈ, ਬਹੁਤ ਇਕੱਠ ਹੁੰਦਾ ਜੀ, ਲੋਕ ਚਾਹੁੰਦੇ ਕਿ ਬਦਲਾਅ ਹੋਵੇ, ਲੋਕ ਚਾਹੁੰਦੇ ਆ ਕਿ ਜਿਹੜੀ ਰੈਗੂਲਰ ਜੀ ਪੋਲੀਟਿਕਸ ਸੀ ਨਾ ਜਿਹੜੀ ਉਹੀ ਗੱਲਾਂ ਜੀ ਉਹੀ ਬਾਤਾਂ ਜੀ ਲੱਗਦਾ ਜਿਵੇਂ ਪੰਜਾਬ 'ਚ ਹੋਇਆ। ਮੈਂ ਉਮੀਦ ਕਰਦਾ ਕਿ ਹਰਿਆਣਾ ਤਖਤਾ ਪਲਟ ਕਰੇਗਾ। ਅਸੀਂ ਆਪਣੇ ਆਪ ਨੂੰ ਬਹੁਤ ਹੀ ਸਨਮਾਨਿਤ ਮਹਿਸੂਸ ਕਰਦੇ ਹਾਂ ਕਿ ਸਾਡੇ ਹਲਕੇ ਦੇ MLA ਸਾਹਿਬ
ਸ਼੍ਰੀ ਗੁਰਦੇਵ ਸਿੰਘ ਦੇਵ ਮਾਂ ਜੀ ਖਾਸ ਤੌਰ 'ਤੇ ਉਚੇਚੇ ਤੌਰ 'ਤੇ ਸਕੂਲ ਵਿੱਚ ਪਹੁੰਚੇ ਔਰ ਉਹਨਾਂ ਨੇ ਸਕੂਲ ਵਿੱਚ ਆ ਕੇ ਪੂਰੇ ਮਿਹਨਤੀ ਸਟਾਫ ਦਾ ਬਹੁਤ ਹੀ ਸ਼ਿੱਦਤ ਨਾਲ ਸਨਮਾਨ ਕੀਤਾ। ਇਹਦੇ ਨਾਲ ਮੈਨੂੰ ਪਲੱਸ ਸਾਡੇ ਸਾਰੇ ਅਧਿਆਪਕ ਸਾਹਿਬਾਨਾਂ ਨੂੰ ਅਤੇ ਵਿਦਿਆਰਥੀਆਂ ਨੂੰ ਬਹੁਤ ਹੌਸਲਾ ਮਿਲਦਾ ਅਤੇ ਕੰਮ ਹੋਰ ਜ਼ੋਰ ਸ਼ੋਰ ਨਾਲ ਕਰਨ ਦੀ ਪ੍ਰੇਰਨਾ ਮਿਲਦੀ ਹੈ। ਅਸੀਂ ਇਸਨੂੰ ਬਹੁਤ ਵਧੀਆ ਤਰੀਕੇ ਨਾਲ ਦੇਖਦੇ ਕਿ ਇਹਨਾਂ ਨੇ ਜੋ ਸਾਡੇ ਸਕੂਲ ਦੇ ਵਿੱਚ ਆਇਆ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਔਰ ਖਾਸ ਤੌਰ 'ਤੇ ਦੱਸਿਆ ਵੀ ਕਿਸ ਤਰੀਕੇ ਨਾਲ ਆਪਾਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹਾਂ। ਇਹ 'ਚ ਅਸੀਂ ਸਾਡੇ ਦੋ ਪ੍ਰੋਗਰਾਮ ਹੋਰ ਸੀ, ਇੱਕ ਸਰਕਾਰ ਦੀ ਸਪੋਂਸਰਡ ਪ੍ਰੋਗਰਾਮ ਹੈ ਜਿਹਦੇ ਵਿੱਚ ਗਵਰਨਮੈਂਟ ਵੱਲੋਂ 5 ਲੱਖ ਰੁਪਏ ਦੇ ਨਾਲ ਰੋਬੋਟਿਕਸ ਲੈਬ ਸਥਾਪਿਤ ਕੀਤੀ ਗਈ ਹੈ ਭਾਈ ਕਾਨ ਸਿੰਘ ਨਾਭਾ ਗਰਲ ਸਕੂਲ ਨਾਭਾ। ਇਹ ਖਾਸ ਤੌਰ 'ਤੇ ਚੁਣਿਆ ਗਿਆ ਸਕੂਲ ਹੈ ਜਿਹਦੇ ਵਿੱਚ ਇਹ ਲੈਬ ਸਥਾਪਿਤ ਕੀਤੀ ਗਈ ਹੈ। ਲੈਂਗੁਏਜ ਕਹਿੰਦੇ ਵੀ ਰੋਬੋਟਸ ਬਣਾ ਸਕਦੇ ਨੇ, ਇਹਦੇ ਵਿੱਚ ਇਲੈਕਟ੍ਰੋਨਿਕਸ ਦੇ ਮੈਥੇਮੈਟਿਕਸ ਦੇ ਅਤੇ ਸਾਇੰਸ ਦੇ ਬਹੁਤ ਸਾਰੇ ਮਾਡਲ ਨੇ, ਬੱਚੇ ਖੁਦ ਬਣਾ ਕੇ ਤਿਆਰ ਕਰ ਸਕਦੇ ਨੇ। ਇਸ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਇੱਕ ਡ੍ਰੀਮ ਪ੍ਰੋਜੈਕਟ ਹੈ ਕਿ ਕੋਈ ਵੀ ਵਿਦਿਆਰਥੀ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਔਰ ਉਹ 3 ਕਿਲੋਮੀਟਰ ਦੂਰ ਤੋਂ ਆਉਂਦੇ ਨੇ ਤਾਂ ਉਹਨਾਂ ਨੂੰ ਸਰਕਾਰੀ ਬੱਸਾਂ ਵਿੱਚ ਲੈ ਕੇ ਆਉਣਾ, ਤਾਂ ਉਸਦੇ ਤਹਿਤ ਅਸੀਂ ਇੱਕ ਬੱਸ ਪਾਈ ਹੈ ਜੇ ਹੋਰ ਵੀ ਪਾਵਾਂਗੇ, ਲੇਕਿਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਔਰ ਮਹਿਕਮੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇੱਕ ਬੱਸ ਪਾ ਲਈ ਹੈ ਜਿਹਦੇ ਵਿੱਚ ਵਿਦਿਆਰਥੀ ਨੇ ਸਿਰਫ 240 ਰੁਪਏ ਦੇਣੇ ਨੇ, ਭਾਵੇਂ ਉਹ 10 ਕਿਲੋਮੀਟਰ ਤੋਂ ਆ ਰਿਹਾ ਭਾਵੇਂ 15 ਕਿਲੋਮੀਟਰ ਤੋਂ ਆ ਰਿਹਾ, ਅਤੇ ਬਾਕੀ ਸਾਰੇ ਦੇ ਸਾਰੇ ਪੈਸੇ ਜਿਹੜੇ ਲਗਭਗ 960 ਰੁਪਈਏ ਬਣਦੇ ਨੇ ਉਹ ਸਰਕਾਰ ਵੱਲੋਂ ਅਦਾ ਕੀਤੇ ਜਾਣਗੇ। ਅਤੇ ਇਹਦੇ ਵਾਸਤੇ ਅਸੀਂ ਧੰਨਵਾਦ ਵੀ ਕਰਦੇ ਹਾਂ ਮਹਿਕਮੇ ਦਾ ਵੀ, ਮੰਤਰੀ ਸਾਹਿਬ ਦਾ ਵੀ ਅਤੇ ਮੁੱਖ ਮੰਤਰੀ ਪੰਜਾਬ ਦਾ ਵੀ, ਜਿਨ੍ਹਾਂ ਨੇ ਇੰਨੀ ਵਧੀਆ ਸਕੀਮ ਵਿਦਿਆਰਥੀਆਂ ਵਾਸਤੇ ਚਲਾਈ ਹੈ ਤਾਂ ਜੋ ਇਹ ਨਵੀਆਂ ਮੁੰਨੀਆਂ ਬੱਚੀਆਂ ਪੜ੍ਹ ਸਕਣ। ਨਹੀਂ, ਬਹੁਤ ਸਾਰੀਆਂ ਬੱਚੀਆਂ ਸੀ ਜਿਹੜੀਆਂ 10ਵੀਂ ਜਾਂ 8ਵੀਂ ਤੋਂ ਬਾਅਦ ਪੜ੍ਹਨੋਂ ਹਟ ਜਾਂਦੀਆਂ ਸੀ। ਬਹੁਤ ਆਸਾਨੀ ਹੋਈ ਹੈ ਸਰ, ਮੇਰੇ ਡੈਡੀ ਮਾੜੀ ਜੋਬ ਨਹੀਂ ਕਰਦੇ, ਨੋਰਮਲ ਜੋਬ ਕਰਦੇ ਨੇ ਤਾਂ ਉਹਨਾਂ ਨੂੰ ਲੈਣ ਵਾਸਤੇ ਆਉਣ ਲਈ ਨਾ ਬਹੁਤ ਔਖਾ ਪੈਂਦਾ ਸੀ। ਉਹਨਾਂ ਦੀ ਛੁੱਟੀ 2 ਵਜੇ ਹੁੰਦੀ ਸੀਗੀ ਅਤੇ ਮੈਨੂੰ ਲੈਣ ਵਾਸਤੇ ਬਹੁਤ ਔਖਾ ਪੈਂਦਾ ਸੀ, ਬਟ ਇਸ ਟਾਈਮ ਇਹਦੇ ਨਾਲ ਬਹੁਤ ਆਸਾਨੀ ਹੋ ਰਹੀ ਆ। ਮੇਰੇ ਡੈਡੀ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇਸ ਚੀਜ਼ ਦਾ, ਉਹਨਾਂ ਨੇ ਧੰਨਵਾਦ ਕੀਤਾ ਹੈ। ਜਿਹੋ ਜਿਹੀ ਮੁਸ਼ਕਿਲਾਂ ਹੁੰਦੀਆਂ ਸੀ ਆਉਣ ਜਾਣ 'ਤੇ ਬਹੁਤ ਵਧੀਆ ਹੋਇਆ, ਸਾਰੀ ਖਤਮ ਹੋ ਗਿਆ ਸਾਡੀ। ਮੇਰੇ ਡੈਡੀ ਨੂੰ ਇਸ 'ਤੇ ਬਹੁਤ ਵਧੀਆ ਲੱਗਿਆ।